ਬਚਿੰਦ ਕੌਰ ਦਾ ਨੋਵਲ ਦ ਲਾਸਟ ਪੇਜ ਦਾ 17ਵਾਂ ਚੈਪਟਰ ਕੁਲਵਿੰਦਰ ਨੇ ਵੀ ਹੁਣ ਚਰਨਜੀਤ ਨੂੰ ਕਹਿਤਾ ਸੀ ਵੀਰ ਜੇ ਬੇਬੇ ਵੈਨਕੂਵਰ ਜਾ ਰਹੀ ਹੈ ਤੇ ਮੇਰੀ ਸੀਟ ਵੀ ਬੁੱਕ ਕਰਵਾ ਦੇ ਮੈਂ ਫਿਰ ਇੱਥੇ ਕੀ ਕਰਨਾ ਰਹਿ ਕੇ ਹੁਣ ਜ ਮੈਂ ਚਾਹੁੰਦੀ ਤਾਂ ਇਹ ਸੀ ਮੈਂ 크리스마ਸ ਦੀਆਂ ਸਾਰੀਆਂ ਛੁੱਟੀਆਂ ਤੁਹਾਡੇ ਕੋਲ ਰਹਿੰਦੀ ਮੇਰੇ ਬੱਚਿਆਂ ਦੀਆਂ ਵੀ ਛੁੱਟੀਆਂ ਸੀ ਛੁੱਟੀਆਂ 'ਚ ਬੱਚਿਆਂ ਨੂੰ ਉਹਨਾਂ ਦਾ ਡੈਡੀ ਚੰਗੀ ਤਰ੍ਹਾਂ ਸਾਥ ਸਕਦਾ ਸੀ ਹੁਣ ਤੱਕ ਤਾਂ ਉਹਨੇ ਮੇਰੀ ਨਣਦ ਨੂੰ ਬੁਲਾ ਰੱਖਿਆ ਸੀ ਪਰ ਜੇ ਵੀਰ ਤੂੰ ਮੇਰੇ ਨਾਲ ਕਿਦਰੇ ਆ ਜਾ ਹੀ ਨਹੀਂ ਸਕਦਾ ਭਾਬੀ ਦੇ ਘਰ ਹੁੰਦੇ ਆ ਗੱਲ ਤੱਕ ਨਹੀਂ ਕਰ ਸਕਦਾ ਫਿਰ ਮੇਰੇ ਰਹਿਣ ਦਾ ਵੀ ਕੀ ਪਾ ਬੇਬੇ ਤਾਂ ਮਹੀਨੇ ਭਰ ਲਈ ਹੁਣ ਕੈਨੇਡਾ ਆਪਣੇ ਭਰਾ ਕੋਲ ਚਲੀ ਜਾਉ ਤੇ ਮੈਂ ਇੱਥੇ ਸਾਰਾ ਦਿਨ ਇਕੱਲੀ ਘਰੀ ਕੀ ਕਰੂੰਗੀ ਬੱਚੇ ਮੇਰੀ ਜਮਾਨ ਨਹੀਂ ਸਮਝਦੇ ਕੁਲਵਿੰਦਰ ਜਿਵੇਂ ਹੁਣ ਇੰਡੀਆ ਜਾਣ ਲਈ ਬਹੁਤ ਕਾਲੀ ਜਿਆਪਦੀ ਸੀ ਕੁਲਵਿੰਦਰ ਮੈਂ ਤਾਂ ਚਾਹੁੰਦਾ ਤੂੰ ਮਹੀਨਾ 20 ਦਿਨ ਹੋਰ ਇੱਥੇ ਰਹਿ ਲੈ ਮੈਂ ਤੈਨੂੰ ਇੱਕ ਦੋ ਮਸ਼ਹੂਰ ਥਾਵਾਂ ਐਲ.ਏ. ਚ ਦਿਖਾਉਣਾ ਵੀ ਚਾਹਨਾ ਪਰ ਮੌਕਾ ਮਿਲਣ ਤੇ ਸਭ ਹੋ ਸਕਦਾ ਹਾਲੇ ਤੋ ਇੱਕ ਕੰਮ ਜ਼ਰੂਰ ਕਰ ਅੱਜ ਕੀ ਵੀਰੇ ਮੈਂ ਤੈਨੂੰ ਸਾਰੇ ਕਾਗਜ਼ ਪੱਤਰਾਂ ਦੀਆਂ ਕਾਪੀਆਂ ਫੋਟੋ ਸਟੈਟ ਕਰਵਾ ਦੇਣਾ ਇਓਂ ਕਰੀ ਪੋਸਟ ਆਫਿਸ ਦੇ ਸਾਹਮਣੇ ਵਾਲੇ ਪਲਾਜ਼ੇਟ ਚੈੱਕ ਇਨ ਦੁਕਾਨ ਉੱਤੇ ਬੇਬੇ ਜੀ ਨੂੰ ਨਾਲ ਲੈ ਕੇ ਜਾਈ ਉੱਥੇ ਜਾ ਕੇ ਕਹੀਂ ਕਿ ਗ੍ਰੀਨ ਕਾਰਡ ਲਈ ਅਪਲਾਈ ਕਰਨਾ ਹੈ ਉਹ ਆਪੇ ਫਾਰਮ ਭਰ ਦੇਣਗੇ ਆਪੇ ਬੇਬੇ ਜੀ ਦੇ ਫਿੰਗਰਪ੍ਰਿੰਟ ਲੈ ਲੈਣਗੇ ਆਪੇ ਸਭ ਕਾਗਜ਼ ਅਗਲੀ ਕਾਰਵਾਈ ਲਈ ਸਬੰਧਤ ਦਫ਼ਤਰ ਨੂੰ ਕੋਰੀਅਰ ਕਰਕੇ ਭੇਜ ਦੇਣਗੇ ਚੈੱਕ ਇਨ ਵਾਲੇ ਹਿੰਦੁਸਤਾਨੀ ਜ਼ਬਾਨ ਚੰਗੀ ਤਰ੍ਹਾਂ ਸਮਝਦੇ ਆ ਤੂੰ ਅੱਜ ਇਹ ਕੰਮ ਹਰ ਹਾਲ ਕਰਵਾ ਕੇ ਆਈ ਮੈਂ ਦੇਖਦਾ ਹਾਂ ਸਟੋਰ ਤੇ ਜਾ ਕੇ ਏਜੰਟ ਨਾਲ ਗੱਲ ਕਰਦਾ ਤਾਂ ਕਿ ਤੇਰੀ ਸੀਟ ਬੁੱਕ ਹੋ ਜਾਏ ਐਨਿਚ ਚਰਨਜੀਤ ਆਪਣੇ ਸਾਰੇ ਕਾਗਜ਼ ਪੱਤਰ ਲੈ ਕੇ ਉਸ ਕੋਲ ਆਇਆ ਤੇ ਸਿਟੀਜ਼ਨ ਸਰਟੀਫਿਕੇ ਪਾਸਪੋਰਟ ਆਈਡੀ ਸਾਰੇ ਜ਼ਰੂਰੀ ਕਾਗਜ਼ ਪੱਤਰ ਕੁਲਵਿੰਦਰ ਦੇ ਸਪੁਰਦ ਕਰਕੇ ਬੋਲਿਆ ਕੁਲਵਿੰਦਰ ਦੇਖੀ ਸਾਮਕੇ ਲੈ ਜਾਏਗੇ ਸਭ ਪੇਪਰ ਮੁੜ ਕੇ ਨਹੀਂ ਬਣਨੇ ਹਾਂ ਸੱਚ ਕੋਰੀਅਰ ਕਰਨ ਵਿੱਚੋਂ ਇਹਨਾਂ ਤੋਂ ਰਸੀਦ ਲੈਣੀ ਨਾ ਭੁੱਲੀ ਬੇਬੇ ਜੀ ਨੂੰ ਨਾਲ ਲੈ ਕੇ ਜਾਈ ਕਿਉਂਕਿ ਫਿੰਗਰਪ੍ਰਿੰਟ ਲੈਣੇ ਆ ਉਹਨਾਂ ਨੇ ਬੇਬੇ ਦੇ ਐਨੇ ਨੂੰ ਮਨਿੰਦਰ ਆਪਣੀ ਮੰਮੀ ਨੂੰ ਵਾਕਰ ਨਾਲ ਤੁਰਾਉਂਦੀ ਕਮਰੇ ਤੋਂ ਬਾਹਰ ਲਿਆਏ ਅਸੀਂ ਦੋਵੇਂ ਕਾਈਜ਼ਰ ਮਤਲਬ ਹਸਪਤਾਲ ਚੱਲੀਆਂ ਉਧਰੋਂ ਹੀ ਡਾਊਨਟਾਊਨ ਚੱਲੀਆਂ ਜਾਵਾਂਗੇ ਜਾਂ ਕੁਝ ਸ਼ਾਪਿੰਗ ਕਰਨੀ ਹੈ ਇਹ ਸਭ ਕਹਿੰਦੀ ਮਨਿੰਦਰ ਆਪਣੀ ਮੰਮੀ ਨੂੰ ਕਾਰ 'ਚ ਬਿਠਾ ਕੇ ਉਹ ਗਈ ਹੋ ਗਈ ਉਹ ਗਈ ਪਿੱਛੋਂ ਤਿੰਨੇ ਚੁੱਪਚਾਪ ਖੜੇ ਦੇਖਦੇ ਰਹਿ ਗਏ ਉਹਦੇ ਜਾਣ ਪਿੱਛੋਂ ਚਰਨਜੀਤ ਨੇ ਸਭ ਤੋਂ ਪਹਿਲਾਂ ਆਪਣੀ ਬੇਬੇ ਨੂੰ ਘੁੱਟ ਕੇ ਜੱਫੀ ਪਾ ਲਈ ਬੇ ਜੀ ਅੱਜ ਮੈਂ ਤੁਹਾਡੇ ਹੱਥ ਦੀ ਪੱਕੀ ਰੋਟੀ ਖਾਵਾਂਗਾ ਜੀ ਸਦਕੇ ਪੁੱਤ ਦੱਸ ਮਿੱਸੀ ਪਿਆਜ਼ ਵਾਲੀ ਰੋਟੀ ਖਾਣੀ ਆ ਜਾਂ ਫਿਰ ਮੱਕੀ ਦੀ ਮੇਥੀ ਵਾਲੀ ਬਾਹਰ ਖਿਆਰੀ ਚ ਮੇਥੀ ਬਥੇਰੀ ਘਟ ਘਟ ਹੋਈ ਖੜੀ ਐ ਫਿਰ ਅੱਜ ਮੇਥੀ ਵਾਲੀ ਮੱਕੀ ਦੀ ਰੋਟੀ ਪਕਾ ਦੇ ਬੇਬੇ ਕਿੰਨੇ ਆਰਾਮ ਨਾਲ ਬੈਠ ਕੇ ਨਾਲੇ ਗੱਲਾਂ ਕਰਾਂਗੇ ਨਾਲੇ ਨਾਸ਼ਤਾ ਮਨਿੰਦਰ ਨੇ ਤਾਂ ਹੁਣ ਦੁਪਹਿਰ ਤੋਂ ਪਿੱਛੇ ਹੀ ਮੋੜਨਾ ਅੱਜ ਸ਼ਨੀਵਾਰ ਹੋਣ ਕਰਕੇ ਉਹਦੀ ਛੁੱਟੀ ਐ ਉਹ ਅਸਲ ਚ ਸਵੇਮੀਟ ਚੱਕਵੀ ਮਾਰਕੀਟ ਗਈ ਐ ਇਹ ਮਾਰਕੀਟ ਸਿਰਫ ਸ਼ਨੀਵਾਰ ਵਾਲੇ ਦਿਨ ਹੀ ਲੱਗਦੀ ਐ ਕਾਈਜ਼ਰ ਦਾ ਤਾਂ ਬਹਾਨਾ ਹੈ ਮੈਂ ਸਭ ਜਾਣਦਾ ਉਹ ਜਾਣੇ ਪੁੱਤ ਜਿਵੇਂ ਮਰਜੀ ਆ ਕਰੇ ਉਹਦਾ ਆਪਣਾ ਘਰ ਹੈ ਪਰ ਅਸੀਂ ਵੀ ਇਸ ਟੱਬਰ ਦੇ ਜੀ ਆ ਵੀਰ ਸਾਡੇ ਨਾਲ ਤਾਂ ਕਦੇ ਸਿੱਧੇ ਮੂੰਹ ਗੱਲ ਨਹੀਂ ਕਰਦੀ ਹੁਣ ਭੈਣ ਗਈ ਆ ਇੰਡੀਆ ਪੁਰਾਣੇ ਸੂਟ ਉਹਦੇ ਮੋਰੇ ਲਿਆ ਰੱਖੇ ਭਲੇ ਵੀ ਕੋਈ ਗੱਲ ਹੈ ਕੁਲਵਿੰਦਰ ਆਪਣੇ ਵੀਰ ਮੋਰੇ ਮਨ ਦੀ ਪੜਾਸ ਕੱਢਣ ਲੱਗੇ ਚਲ ਆ ਕੁਲਵਿੰਦਰ ਮੇਰੇ ਨਾਲ ਰੋਟੀ ਖਾ ਕੇ ਮੈਂ ਤੁਹਾਨੂੰ ਦੋਹਾਂ ਨੂੰ ਮਾਲ ਵਿੱਚ ਲੈ ਚਲਦਾ ਅੱਜ ਉਹ ਘਰ ਨਹੀਂ ਤੇ ਜੋ ਕੁਝ ਖਰੀਦਣਾ ਮੈਂ ਲੈ ਦੇਣਾ ਆਪਣੀ ਭੈਣ ਨੂੰ ਚਰਨਜੀਤ ਨੇ ਕੁਲਵਿੰਦਰ ਨੂੰ ਵੀ ਘੁੱਟ ਕੇ ਆਪਣੇ ਛਾਤੀ ਨਾਲ ਲਾ ਲਿਆ ਤੂੰ ਫਿਰ ਉਹਦੇ ਉੱਲੇ ਹੋ ਕੇ ਜੋ ਵੀ ਮੈਨੂੰ ਲੈ ਕੇ ਜਾਵੇਂਗਾ ਉਸ ਨਾਲ ਹੋਰ ਪੰਗਾ ਖੜਾ ਹੋ ਜੂ ਜੇ ਸਾਡੀਆਂ ਖਰੀਦੀਆਂ ਚੀਜ਼ਾਂ ਤੇ ਉਹਦੀ ਨਜ਼ਰ ਪੈ ਗਈ ਤਾਂ ਪਾ ਦੂਗੀ ਘਰ ਚ ਪਰਥੂ ਉਹਦੀ ਨਿਗਾਹ ਬਹੁਤ ਤੇਜ ਹੈ ਲੰਗਦੀ ਵੜਦੀ ਸਭ ਤਾੜ ਜਾਂਦੀ ਹੈ ਚਲ ਆ ਛੇਤੀ ਕਰ ਪਹਿਲਾਂ ਬੇਬੇ ਨਾਲ ਰੋਟੀ ਤਿਆਰ ਕਰਾ ਕਿਦਰੇ ਨੀ ਮੂੰਹ ਚ ਪਾਉਂਦੀ ਉਹ ਕੁਲਵਿੰਦਰ ਨੇ ਛੇਤੀ ਦੇ ਕੇ ਦੋ ਗੁੱਟੀਆਂ ਬਾਹਰੋਂ ਮੇਥੀ ਤੋੜ ਕੇ ਫਟਾਫਟ چیرਤੀਆਂ ਫਿਰ ਤਿੰਨ ਚਾਰ ਹਰੀਆਂ ਮਿਰਚਾਂ ਵੀ ਕੱਟਦੀਆਂ ਬੇਬੇ ਨੇ ਗੁੱਸਾ ਪਾਣੀ ਪਾ ਕੇ ਮੱਕੀ ਦਾ ਆਟਾ ਮਲਿਆ ਦੋ ਤਵੇ ਗੈਸ ਤੇ ਰੱਖ ਮੈਂ ਅੱਜ ਤੇ ਨਾਲ ਹੀ ਰੋਟੀਆਂ ਲਾਤੀਆਂ ਤੂੰ ਖਾ ਪੁੱਤ ਗਰਮ ਗਰਮ ਪਹਿਲਾਂ ਬੇਬੇ ਨੇ ਮੱਖਣ ਵਾਲਾ ਡੱਬਾ ਡਾਈਨਿੰਗ ਟੇਬਲ ਉੱਤੇ ਰੋਟੀਆਂ ਵਾਲੇ ਡੱਬੇ ਕੋਲ ਰੱਖਤਾ ਨਾਲ ਮਿਕਸ achar ਵਾਲੀ ਸ਼ੀਸ਼ੀ ਵੀ ਈਓ ਨਹੀਂ ਬੇਬੇ ਤੁਸੀਂ ਦੋਵੇਂ ਮੇਰੇ ਨਾਲ ਆਓ ਮੈਂ ਇਕੱਲਾ ਨਹੀਂ ਖਾਵਾਂਗਾ ਚਰਨਜੀਤ ਨੇ ਬੇਬੇ ਨੂੰ ਤੇ ਕੁਲਵਿੰਦਰ ਨੂੰ ਵੀ ਬੁਲਾ ਲਿਆ ਅਜੇ ਮਸਾਂ ਚਰਨਜੀਤ ਨੇ ਪਹਿਲੀ ਬੁਰਕੀ ਤੋੜੀ ਸੀ ਬਾਹਰਲੇ ਮੇਨ ਗੇਟ ਦੀ ਘੰਟੀ ਵੱਜੀ ਦੇਖੀ ਕੁਲਵਿੰਦਰ ਕੌਣ ਹੈ ਚਰਨਜੀਤ ਨੇ ਕਿਹਾ ਕੁਲਵਿੰਦਰ ਨੇ ਬਾਹਰ ਜਾ ਕੇ ਦੇਖਿਆ ਮਨਿੰਦਰ ਦਰਵਾਜ਼ੇ ਤੇ ਖੜੀ ਸੀ ਦੇਖਦੇ ਹੀ ਉਹਦਾ ਤਰਾਹ ਨਿਕਲ ਕੇ ਅੰਦਰਲੀ ਵਿੰਡੋ ਦੇ ਪਰਦੇ ਚੋਂ ਚਰਨਜੀਤ ਨੇ ਵੀ ਮਨਿੰਦਰ ਨੂੰ ਦੇਖ ਲਿਆ ਬੇਬੇ ਰੋਟੀਆਂ ਲੈ ਜਾ ਪਰਾਂ ਰਸੋਈ ਚ ਚਰਨਜੀਤ ਨੇ achar ਮੱਖਣ ਤੇ ਬਾਕੀ ਦਾ ਸਾਰਾ ਭਾਂਡਾ ਟਿੰਡਾ ਫਟਾਫਟ ਫ੍ਰਿਜ ਦੇ ਸਭ ਤੋਂ ਹੇਠਲੇ ਖਾਨੇ ਚੁਪਾਤਾ ਅੰਦਰ ਵੜਦੀ ਮਨਿੰਦਰ ਨੇ ਨੱਕ ਜਿਹਾ ਸਕੋਟ ਦੇ ਹਾਂ ਕੁਲਵਿੰਦਰ ਨੂੰ ਪੁੱਛਿਆ ਕੀ ਪਕਾਇਆ ਰਸੋਈ ਚ ਬੜੀ ਮਹਿਕ ਆ ਰਹੀ ਐ ਐਨਾ ਕਹਿੰਨੇ ਆਪਣੀ ਮੰਮੀ ਦੇ ਕਮਰੇ ਚ ਗਈ ਝੱਟ ਪਿੱਛੋਂ ਇੱਕ ਪਰਸ ਹੱਥ ਚ ਲੈ ਕੇ ਮੋੜਾਈ ਮੈਂ ਆਪਣੇ ਲਾਇਸੈਂਸ ਵਾਲਾ ਪਰਸ ਤਾਂ ਕਰੀ ਭੁੱਲ ਗਈ ਸੀ ਮੋੜ ਤੇ ਮਾਮਾ ਪੁਲਿਸਮੈਨ ਖੜਾ ਦੇਖ ਕੇ ਬੜੀ ਮੁਸ਼ਕਲ ਨਾਲ ਬਿਨਾਂ ਯੂ ਟਰਨ ਤੋਂ ਗੱਡੀ ਮੋੜ ਕੇ ਘਰ ਪਹੁੰਚੀ ਆ ਜੇ ਕਿਤੇ ਦੇਖ ਲੈਂਦਾ ਜਾਂ ਲਾਇਸੈਂਸ ਪੁੱਛ ਲੈਂਦਾ ਗਲਤ ਰਾਹੇ ਗੱਡੀ ਚਲਾਉਂਦੀ ਹੁਣੇ 100 ਡਾਲਰ ਦੀ ਟਿਕਟ ਮਿਲ ਜਾਣੀ ਸੀ ਇੰਨਾ ਕਹਿੰਦੀ ਮਨਿੰਦਰ ਛੇਤੀ ਨਾਲ ਲਾਇਸੈਂਸ ਵਾਲਾ ਪਰਸ ਲੈ ਕੇ ਮੋੜ ਬਾਹਰ ਖੜੀ ਆਪਣੀ ਕਾਰ 'ਚ ਜਾ ਬੈਠੀ ਇਹ ਸਭ ਦੇਖ ਤਿੰਨਾਂ ਦੇ ਸਾਹ ਚ ਸਾਂ ਆ ਫਰਿਜ ਚ ਰੋਟੀਆਂ ਕੱਢ ਮੁੜ ਮੱਖਣ ਤੇ ਆਚਾਰ ਵਾਲੀ ਸ਼ੀਸ਼ੀ ਕੱਢ ਕੇ ਡਾਈਨਿੰਗ ਟੇਬਲ ਤੇ ਰੱਖੀ ਕੁਲਵਿੰਦਰ ਹੁਣ ਚਾਹ ਤਾਂ ਤੂੰ ਤਾਜੀ ਬਣਾ ਲੈ ਫੋਰ ਇਹ ਤਾਂ ਬੇਕਾਰ ਹੋ ਗਈ ਚਰਨਜੀਤ ਨੇ ਕੁਲਵਿੰਦਰ ਨੂੰ ਕਿਹਾ ਤਾਜੀ ਚਾਹ ਬਣਾਉਣ ਪਿੱਛੋਂ ਕੁਲਵਿੰਦਰ ਜਦੋਂ ਡਾਈਨਿੰਗ ਟੇਬਲ ਕੋਲ ਆਈ ਤਾਂ ਉਹਨੇ ਠੰਡਾ ਸੀਤ ਸਾ ਪਰਿਆ ਤੌਬਾ ਵੀਰੇ ਭਲਾਏ ਵੀ ਕੀ ਜਿਉਣਾ ਹੋਇਆ ਜਿੱਥੇ ਬੰਦਾ ਰੋਟੀ ਦੀ ਬੁਰਕੀ ਵੀ ਆਪਣੀ ਮਰਜ਼ੀ ਨਾਲ ਨਹੀਂ ਤੋੜ ਸਕਦਾ ਵਰੇਆਂ ਪੇ ਚੋ ਕੁਲਵੰਦਰ ਮੈਂ ਅੱਜ ਬੇਬੇ ਦੇ ਹੱਥਾਂ ਦੀ ਪੱਕੀ ਰੋਟੀ ਖਾਣ ਲੱਗਿਆ ਸੀ ਮਨਿੰਦਰ ਤਾਂ ਬੇਬੇ ਦੀ ਬਣਾਈ ਦਾਲ ਭਾਜੀ ਜਾਂ ਰੋਟੀ ਵੀ ਮੈਨੂੰ ਨਹੀਂ ਖਾਣ ਦਿੰਦੀ ਐਸੀ ਭੈੜੀ ਹੈ ਕਹਿੰਦੀ ਹੈ ਬੇਬੇ ਦੀ ਹੱਦੀਆਂ ਪੱਕੀਆਂ ਖਾਏਗਾ ਤਾਂ ਉਸੇ ਦੀ ਬਣ ਕੇ ਹੀ ਰਹੇਗਾ ਬੇਬੇ ਦੀ ਦਾਲ ਭਾਜੀ ਬਣਾਈ ਆਪ ਬੜੇ ਸਵਾਦ ਨਾਲ ਖਾਂਦੀ ਹੈ ਪਰ ਮੈਂ ਜੇਕਰ ਖਾਵਾਂ ਜਾਂ ਕਿਸੇ ਚੀਜ਼ ਦੀ ਤਾਰੀਫ਼ ਕਰਾਂ ਤਾਂ ਉਹਦੇ ਹਿੱਕ ਤੇ ਸੱਪ ਲੇਟਣ ਲੱਗਦਾ ਹੈ ਮਨਿੰਦਰ ਦੀ ਮੰਮੀ ਵੀ ਬੇਬੇ ਦੀ ਬਣਾਈ ਦਾਲ ਭਾਜੀ ਨੂੰ ਬਹੁਤ ਸਲਾਉਂਦੀ ਹੈ ਕੁਲਵਿੰਦਰ ਨੇ ਚਰਨਜੀਤ ਨੂੰ ਦੱਸਿਆ ਪਰ ਕੁਲਵਿੰਦਰ ਮੇਰੀ ਕਿਸਮਤ ਚ ਤਾਂ ਬੇਬੇ ਦੇ ਹੱਥਾਂ ਦੀ ਰੋਟੀ ਖਾਣੀ ਦੂਰ ਦੀ ਗੱਲ ਐ ਮੈਨੂੰ ਤਾਂ ਬੇਬੇ ਨਾਲ ਗੱਲ ਵੀ ਨਹੀਂ ਕਰਨ ਦਿੰਦੀ ਜਦੋਂ ਅਸੀਂ ਮਾਂ ਪੁੱਤ ਕਿਧਰੇ ਨੇੜੇ ਹੋ ਕੇ ਬੈਠ ਜਾਗੇ ਇਹਦੇ ਲਹੂਨ ਲੱਗ ਜਾਂਦੀ ਐ ਆਹ ਨਹੀਂ ਬਹਾਨੀ ਮੈਨੂੰ ਉਹ ਤੋਂ ਪਰਾਂ ਕਰਕੇ ਹੀ ਦਮ ਲੈਂਦੀ ਐ ਬੁੱਲਾ ਤਾਂ ਬੇਬੇ ਮੇਰੇ ਕੋਲ ਬਹਿੰਦੀ ਹੀ ਨਹੀਂ ਇਹੀ ਹਾਲ ਪਾਪਾ ਦਾ ਸੀ ਉਹ ਜਾਣਦੇ ਸੀ ਇਹਨੇ ਕਲੇਸ਼ ਸ਼ੁਰੂ ਕਰ ਦੇਣਾ ਤਾਂ ਹੀ ਤਾਂ ਪੁੱਤ ਮੈਂ ਤੇਰੇ ਕੋਲ ਰਹਿਣਾ ਨਹੀਂ ਚਾਹੁੰਦੇ ਤੇਰੇ ਪਾਪਾ ਸੀ ਤਾਂ ਹੋਰ ਗੱਲ ਸੀ ਹੁਣ ਮੇਰਾ ਰਹਿਣਾ ਬਹੁਤ ਔਖਾ ਹੈ ਮੈਂ ਤਾਂ ਇੰਡੀਆ ਹੀ ਚਲੀ ਜਾਊਂਗੀ ਘਰ ਦਾ ਇੱਕ ਕਮਰਾ ਰੱਖ ਕੇ ਬਾਕੀ ਕਿਰਾਏ ਤੇ ਦੇ ਦੂੰਗੀ ਨਾਲੇ ਮੈਂ ਕੱਲੀ ਨਾ ਰਹੂੰ ਪਹਿਲਾਂ ਤਾਂ ਤੇਰੇ ਪਾਪਾ ਕੋਲ ਬੈਠੀ ਹੋਰ ਨਹੀਂ ਕੁਝ ਕਾਜ ਬਟਨ ਤਰਪਾਈਆਂ ਕਰੀ ਜਾਂਦੀ ਸੀ ਹੁਣ ਵਿਹਲੇ ਬੈਠਿਆਂ ਕਿਵੇਂ ਸਰੂੰ ਬੇਬੇ ਮੈਂ ਕਰ ਦੂੰ ਕੋਈ ਇੰਤਜ਼ਾਮ ਤੁਸੀਂ ਪਹਿਲਾਂ ਕੈਨੇਡਾ ਮਾਮੀ ਕੋਲ ਹੋ ਆਓ ਨਾਲੇ ਗ੍ਰੀਨ ਕਾਰਡ ਲੈ ਲਓ ਫਿਰ ਦੇਖਦੇ ਹਾਂ ਇੰਡੀਆ ਜਾ ਕੇ ਵੀ ਕੀ ਕਰਨਾ ਧੀਆ ਦੇ ਬੂਏ ਬੈਠੋਂਗੇ ਤਾਂ ਲੋਕੀ ਕਹਿਣਗੇ ਪੁੱਤ ਕੋਲ ਕਿਉਂ ਨਹੀਂ ਰਹਿੰਦੀ ਪਉਤ ਤੇਰੀ ਮਰਜ਼ੀ ਪਰ ਮੇਰਾ ਇੱਥੇ ਦਮ ਘੁੱਟਦਾ ਆਸਪੜੋਸ ਵਿੱਚ ਵੀ ਕੋਈ ਨਹੀਂ ਜਿਸ ਨਾਲ ਮੈਂ ਆਪਣੀ ਭਾਸ਼ਾ ਚ ਜ਼ੁਬਾਨ ਸਾਂਝੀ ਕਰ ਸਕਾਂ ਚੱਲ ਬੇਬੇ ਰੋਟੀ ਖਾ ਉਹ ਐਨੀ ਵਧੀਆ ਰੋਟੀ ਦਾ ਸੁਆਦ ਹੀ ਖਰਾਬ ਕਰ ਗਈ ਤੇਰੇ ਨੂੰ ਮੇਰੇ ਨੂੰ ਬਹੁਤੀ ਹੈ ਤੇਰੀ ਨਹੀਂ ਲੱਗਦੀ ਕੁਝ ਵਿਗੜਿਆ ਹੋਇਆ ਬੇਬੇ ਤੇਰੀ ਸਿਹੜ ਹੈ ਮੈਂ ਤਾਂ ਬਥੇਰਾ ਨਾ ਕੀਤੀ ਤੁਸੀਂ ਅੜ ਗਏ ਬਈ ਪਹਿਲੀ ਲక్ష్ਮੀ ਨੂੰ ਨਹੀਂ ਮੋੜੀ ਦਾ ਹੁਣ ਫੇਰ ਦੇਖੋ ਲక్ష్ਮੀ ਦੇ ਘਾਰੇ ਇੱਥੇ ਆ ਕੇ ਬਹੁਤ ਚੰਬੜ ਗਈ ਕਿਉਂਕਿ ਕਾਨੂੰਨ ਔਰਤਾਂ ਦੇ ਹੱਕ ਦੀ ਹਾਮੀ ਭਰਦਾ ਹੈ ਕੋਈ ਨਾ ਬੋਤੇ ਇੱਕ ਜਣਾ ਨੀਵਾ ਹੋ ਕੇ ਰਹਿ ਲਓ ਘਰ ਤਾਂ ਤਾਈਆਂ ਤੁਰੂ ਜੇ ਦੋਵੇਂ ਜਣੇ ਅੜੇ ਰਹਿਣ ਫਿਰ ਤਾਂ ਘਰ ਟੁੱਟ ਜੂ ਦੇਖਿਆ ਨਹੀਂ ਇੱਥੇ ਕਿਵੇਂ ਹਰ ਤੀਜੇ ਚੌਥੇ ਮਕਾਨ 'ਚ ਸਿੰਗਲ ਮਾਂ ਮਾਵਾਂ ਹਨ ਬੱਚੇ ਨਾ ਉਧਰ ਦੇਣਾ ਇੱਧਰ ਦੇ ਬਹੁਤੇ ਬੱਚਿਆਂ ਦੀ ਦੇਖਭਾਲ ਤਾਂ ਇੱਥੇ ਸਰਕਾਰੀ ਤੌਰ ਤੇ ਹੀ ਹੁੰਦੀ ਹੈ ਵਿਵੇ ਇਥੋਂ ਦੇ ਬੱਚਿਆਂ ਨੂੰ ਮਾਂ ਪਿਓ ਦੋਹਾਂ ਦਾ ਪਿਆਰ ਘੱਟ ਹੀ ਨਸੀਬ ਹੁੰਦਾ ਹੈ ਇਹੀ ਕਾਰਨ ਹੈ ਇਥੋਂ ਦੇ ਬੱਚੇ ਹਾਈ ਸਕੂਲ ਤੋਂ ਅੱਗੇ ਘੱਟ ਹੀ ਪੜਦੇ ਆ ਨਸ਼ੇਤੀ ਹੋਰ ਬੁਰੀਆਂ ਆਦਤਾਂ ਦੇ ਆਦੀ ਹੋ ਜਾਂਦੇ ਐ ਇਸ ਤੇ ਬੱਚਿਆਂ ਦਾ ਬੱਚਿਆਂ ਤੇ ਨੌਜਵਾਨ ਪੀੜੀ ਦਾ ਕੀ ਦੋਸ਼ ਪੁੱਤ ਦੋਸ਼ ਤਾਂ ਇਸ ਸਭਿਆਤਾ ਵਿਚਲੀਆਂ ਕਮੀਆਂ ਦਾ ਐ ਆਜ਼ਾਦੀ ਹੋਣੀ ਚਾਹੀਦੀ ਐ ਪਰ ਆਜ਼ਾਦੀ ਦੇ ਕੋਈ ਨਾ ਕੋਈ ਨਿਯਮ ਵੀ ਤਾਂ ਜ਼ਰੂਰੀ ਐ ਇੱਥੇ ਤਾਂ ਬੇਬੇ ਬੱਚੇ 18 ਸਾਲ ਦੇ ਹੋਏ ਨਹੀਂ ਮਾਪਿਆਂ ਤੋਂ ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਐ ਫਿਰ ਜੋ ਮਰਜ਼ੀ ਐ ਕਰਨ ਜਿਵੇਂ ਮਰਜ਼ੀ ਐ ਰਹਿਣ ਸਪੈਨਿਸ਼ ਲੋਕਾਂ ਦਾ ਤਾਂ ਹੋਰ ਵੀ ਉਲਟਾ ਰਵਾਜ ਐ ਉਹਨਾਂ ਦੇ 2-2 3-3 ਬੱਚੇ ਵਿਆਹ ਤੋਂ ਪਹਿਲਾਂ ਹੀ ਹੋ ਜਾਂਦੇ ਆ ਕੋਈ ਬੁਰਾ ਨਹੀਂ ਮੰਨਦਾ ਪਿੱਛੇ ਉਹ ਸ਼ਾਦੀ ਬਾਰੇ ਸੋਚਦੇ ਆ ਫਿਰ ਵੀ ਕਾਨੂੰਨੀ ਤੌਰ ਤੇ ਕਿਸੇ ਬੰਧਨ ਚ ਬੰਨ ਕੇ ਰਹਿਣਾ ਉਹਨਾਂ ਨੂੰ ਕਬੂਲ ਨਹੀਂ ਫਿਰ ਬੱਚੇ ਬੱਚਿਆਂ ਦਾ ਖਰਚਾ ਤਾਂ 16 ਸਾਲ ਤੱਕ ਇੱਥੇ ਸਰਕਾਰ ਦਿੰਦੀ ਹੈ ਪੜ੍ਹਾਈ ਲਿਖਾਈ ਰੋਟੀ ਆਦ ਦਾ ਵੀ ਐਸੇ ਕਰਕੇ ਲੋਕ ਬੱਚਿਆਂ ਦੀ ਗਿਣਤੀ ਤੋਂ ਵੀ ਨਹੀਂ ਘਬਰਾਉਂਦੇ ਦੇਖਿਆ ਨਹੀਂ ਤੁਸੀਂ ਮਿੰਗਣਾ ਮੈਕਸੀਕਨ ਜਦੋਂ ਲਾਂਡਰੀ ਕਰਨ ਜਾਂਦੀਆਂ 2-2 ਬੱਚੇ ਉਹਨਾਂ ਦੇ ਪ੍ਰੇਮ ਵਿੱਚ ਹੁੰਦੇ ਆ ਇੱਕ ਦੋ ਨਾਲ ਪੈਦਲ ਤੁਰ ਰਹੇ ਹੁੰਦੇ ਆ ਪਤਾ ਨਹੀਂ ਭਾਰਤ ਵਾਂਗ ਫੈਮਿਲੀ ਪਲੈਨਿੰਗ ਚ ਕਿਉਂ ਨਹੀਂ ਵਿਸ਼ਵਾਸ ਕਰਦੇ ਕਈ ਮਿੰਗਣਾ 4 4 5 5 ਬੱਚੇ ਨਾਲ ਲਈ ਤੁਰੇ ਜਾਂਦੀਆਂ ਪਰ ਵੀਰ ਮੈਨੂੰ ਲੱਗਦਾ ਇੱਥੇ ਵੱਸਦੇ ਗੋਰੇ ਜਾਂ ਇੰਗਲਿਸ਼ ਸਾਨੀ ਲੋਕ ਇੱਕ ਜਾਂ ਦੋ ਬੱਚਿਆਂ ਤੋਂ ਵੱਧ ਬੱਚੇ ਪੈਦਾ ਨਹੀਂ ਕਰਦੇ ਕੁਲਵਿੰਦਰ ਬੋਲੀ ਤੇਰਾ ਆਈਡੀਆ ਸਹੀ ਹੈ ਕੁਲਵਿੰਦਰ ਦੂਜੇ ਪਾਸੇ ਕਾਲਿਆਂ ਅਫਰੀਕਨਾਂ ਨੂੰ ਦੇਖ ਲਓ ਇਹਨਾਂ ਦੇ ਕਿਹੜਾ ਘਟ ਹੁੰਦੇ ਆ ਬੱਚੇ ਅੱਜ ਕੱਲ ਲਾਸ ਐਂਜਲਸ ਵਿੱਚ ਤਾਂ ਬਹੁਤੇ ਕਰਕੇ ਕਾਲੇ ਹੀ ਛਾਏ ਹੋਏ ਆ ਮੇਅਰ ਵੀ ਇਹਨਾਂ ਦੀ ਲੇਡੀ ਆ ਦੇ ਵਿਦੇਸ਼ ਮੰਤਰੀ ਵੀ ਫਿਰ ਮੈਂ ਤਾਂ ਦੇਖਿਆ ਡਾਊਨ टाउन ਚ ਕਾਲੇ ਸੜਕਾਂ ਤੇ ਨਸ਼ੇ ਕਰਕੇ ਪਏ ਰਹਿੰਦੇ ਆ ਜਿਵੇਂ ਆਪਣੇ ਗੁਰਦੁਆਰੇ ਮੰਦਰਾਂ ਦੇ ਕੋਲ-ਕੋਲ ਬਹੁਤ سارے ਲੋਕ ਸੜਕਾਂ ਤੇ ਬੋਰੀ ਬਿਸਤਰਾ ਲਈ ਪਏ ਰਹਿੰਦੇ ਆ ਕੁਲਵਿੰਦਰ ਨੇ ਡਾਊਨ टाउन ਬਾਰੇ ਆਪਣਾ ਅਨੁਭਵ ਦੱਸਿਆ ਨਹੀਂ ਕੁਲਵਿੰਦਰ ਸਾਰੇ ਕਾਲੇ ਇਹੋ ਜਿਹੇ ਨਹੀਂ ਇੱਥੋਂ ਦੇ ਕਾਲੇ ਬਹੁਤ ਵੱਡੀਆਂ-ਵੱਡੀਆਂ ਪੋਸਟਾਂ ਉੱਤੇ ਵੀ ਹੈ ਬਹੁਤ ਸੁਗੜ ਸਿਆਣੇ ਸਾਫ਼ ਸੁਥਰੇ ਵੀ ਹੈ ਹੁਣ ਤਾਂ ਇਹ ਵੀ ਕਿਹਾ ਜਾਣ ਲੱਗ ਪਿਆ ਵੀ ਇੱਕ ਦਿਨ ਆਊ ਜਦ ਇੱਥੇ ਅਮਰੀਕਾ ਦਾ ਪ੍ਰੈਜ਼ੀਡੈਂਟ ਕੋਈ ਕਾਲਾ ਹੀ ਬਣੂ ਚਰਨਜੀਤ ਇਹ ਆਉਣ ਵਾਲੇ ਕੱਲ ਦਾ ਜਾਇਜ਼ਾ ਲਾਉਂਦੇ ਆ ਕਿ ਚਰਨਜੀਤ ਪ੍ਰੈਜ਼ੀਡੈਂਟ ਤਾਂ ਹੁਣ ਬਿਲ ਕਲ ਿੰਟਨ ਵੀ ਬਹੁਤ ਸੁਲਝਿਆ ਹੋਇਆ ਸ਼ਖਸ ਹੈ ਲੋਕੀਏ ਤਾਂ ਖੁਸ਼ ਹੈ ਅਮਰੀਕਾ ਵਾਲੇ ਵੀ ਤੇ ਹੋਰ ਵਿਦੇਸ਼ਾਂ ਵਾਲੇ ਵੀ ਹੁਣ ਤਾਂ ਸੁਣਿਆ ਇਹਨੇ ਭਾਰਤ ਦਾ ਦੌਰਾ ਵੀ ਕਰਨਾ ਬੇਬੇ ਰਾਮਕੁਰ ਨੂੰ ਵੀ ਰਾਜਨੀਤੀ 'ਚ ਬਹੁਤ ਦਿਲਚਸਪੀ ਸੀ ਅਚਾਨਕ ਬਾਹਰੋਂ ਜੈਕੀ ਦੇ ਭੌਂਕਣ ਦੀ ਆਵਾਜ਼ ਤੇ ਇਹਨਾਂ ਦੇ ਕੰਨੀ ਪਈ ਕੁਲਵਿੰਦਰ ਭੱਜ ਕੇ ਬਾਹਰ ਦੇਖਣ ਗਈ ਤਾਂ ਕੋਈ ਬੰਦਾ ਦਰਵਾਜ਼ੇ ਦੀ ਚਾਬੀ ਮੰਗ ਰਿਹਾ ਸੀ। ਕੌਣ ਹੈ ਕੁਲਵਿੰਦਰ? ਸ਼ਾਇਦ ਮਾਲੀ ਹੈ ਘਾਹ ਕੱਟਣ ਲਈ ਆਇਆ ਹੈ ਦਰਵਾਜ਼ੇ ਦੀ ਚਾਬੀ ਮੰਗ ਰਿਹਾ ਹੈ। ਹਾਂ ਹਫ਼ਤੇ 'ਚ ਉਹਨੇ ਇੱਕ ਵਾਰੀ ਦੋਵੇਂ ਪਾਸਿਆਂ ਤੋਂ ਘਾਹ ਉੱਤੇ ਮਸ਼ੀਨ ਫੇਰਨੀ ਹੁੰਦੀ ਹੈ ਨਾਲੇ ਗਰੂਮਿੰਗ ਨਾਲ ਪੱਤੇ ਆਦਵੀ ਸਾਫ਼ ਕਰਨੇ ਹੁੰਦੇ ਆ। ਇਹ ਹਰਾ ਢੋਲ ਪੱਤਿਆਂ ਵਾਸਤੇ ਆ ਲਾਲ ਢੋਲ ਬਾਕੀ ਕੂੜੇ ਲਈ। ਪੀਲਾ ਢੋਲ ਪਲਾਸਟਿਕ ਦੀ ਟੁੱਟਫੁੱਟ ਲਈ। ਹੁਣ ਇੱਥੇ ਵੀ ਰੀਸਾਈਕਲਿੰਗ ਸ਼ੁਰੂ ਹੋ ਗਈ ਹੈ। ਪਲਾਸਟ ਅੰਤੂ ਚਾਬੀ ਦੇ ਦੇ ਦਵਾਰ ਉੱਤੇ ਲਟਕ ਰਹੀ ਐ ਚਰਨਜੀਤ ਨੇ ਮਾਲੀ ਬਾਰੇ ਦੱਸਿਆ ਕਿੰਨੇ ਪੈਸੇ ਲੈਂਦਾ ਵੀਰ ਮਹੀਨੇ ਦੇ ਕੁਲਵਿੰਦਰ ਨੇ ਚਰਨਜੀਤ ਨੂੰ ਪੁੱਛਿਆ 100 ਡਾਲਰ ਮਹੀਨੇ ਦੇ 25 ਡਾਲਰ ਇੱਕ ਦਿਨ ਦੇ ਲੈਂਦਾ ਹਾਂ ਸਿਰਫ ਅੱਧਾ ਘੰਟਾ ਹੀ ਲਾਉਂਦਾ ਇਹ ਕਾਹ ਵੀ ਕੱਟ ਦਿੰਦਾ ਨਾਲੇ ਦੋਹਾਂ ਵੇੜਿਆਂ 'ਚ ਝਾੜੂ ਵੀ ਲਾ ਦਿੰਦਾ ਮਸ਼ੀਨ ਨਾਲ ਚਰਨਜੀਤ ਨੇ ਦੱਸਿਆ ਪਰ ਅੱਧੇ ਘੰਟੇ ਦੇ 25 ਡਾਲਰ ਤਾਂ ਬਹੁਤ ਜ਼ਿਆਦਾ ਵੀਰ ਹਾਂ ਹਨ ਤਾਂ ਜ਼ਿਆਦਾ ਇਹ ਇੱਥੇ ਲੇਬਰ ਕਲਾਸ ਨੂੰ ਜ਼ਿਆਦਾ ਡਾਲਰ ਮਿਲਦੇ ਆ ਆਫਿਸ 'ਚ ਕੰਮ ਕਰਨ ਵਾਲਿਆਂ ਨਾਲੋਂ ਦੇਖੋ ਅੱਜ ਕੱਲ ਕੰਪਿਊਟਰ ਦਾ ਜਮਾਨਾ ਹੈ ਡਾਟਾ ਐਂਟਰੀ ਕਰਨ ਵਾਲਿਆਂ ਨੂੰ 9 ਜਾਂ 10 ਡਾਲਰ ਇੱਕ ਘੰਟੇ ਦੇ ਮਿਲਦੇ ਆ ਪਲੰਬਰ ਬਿਜਲੀ ਦਾ ਕੰਮ ਕਰਨ ਵਾਲੇ ਮਾਲੀ ਗਟਰ ਸਾਫ ਕਰਨ ਵਾਲਿਆਂ ਨੂੰ ਪਤਾ ਕਿੰਨੇ ਡਾਲਰ ਮਿਲਦੇ ਆ ਇੱਕ ਘੰਟੇ ਦੇ ਘੱਟ ਤੋਂ ਘੱਟ 18 ਡਾਲਰ ਅੱਛਾ ਤਾਂ ਤੇ ਇਹੀ ਕੰਮ ਚੰਗੇ ਆ ਇਥੇ ਪਰ ਸਾਡੇ ਇੰਡੀਆ ਚ ਤਾਂ ਪਲੰਬਰ ਆਦਿ ਤਨਖਾਹ 3-4000 ਰੁਪਏ ਤੋਂ ਵੱਧ ਨਹੀਂ ਜਿਹੜਾ ਬੰਦਾ ਆਪਣਾ ਗਟਰ ਸਾਫ ਕਰਨ ਆਉਂਦਾ ਪਤਾ ਕਿੰਨੇ ਡਾਲਰ ਲੈਂਦਾ ਇੱਕ ਵਾਰੀ ਗਟਰ ਸਾਫ ਕਰਨ ਦੇ ਕਿੰਨੇ ਲੈਂਦਾ ਹੂ 40-50 ਡਾਲਰ ਕੁਲਵਿੰਦਰ ਨੇ ਆਪਣਾ ਆਈਡੀਆ ਲਾਇਆ ਨਹੀਂ 150 ਡਾਲਰ ਲੈਂਦਾ ਆਈ ਵਾਰੀ ਉਹ ਵੀ ਇੱਕ ਮਹੀਨਾ ਪਹਿਲਾਂ ਉਹ ਤੋਂ ਤਰੀਕ ਲੈਣੀ ਪੈਂਦੀ ਹੈ ਉਦੋਂ ਹੀ ਨਹੀਂ ਆ ਜਾਂਦਾ ਜਦ ਦਿਨ ਬੁਲਾਈਏ ਤੇ ਸਮਾਂ ਕੁੱਲ ਕਿੰਨਾ ਲਾਉਂਦਾ ਸਿਰਫ 1 ਘੰਟਾ ਜਾਂ ਫਿਰ 40 ਮਿੰਟ ਚਰਨਜੀਤ ਦੀ ਗੱਲ ਨੇ ਕੁਲਵਿੰਦਰ ਨੂੰ ਚੰਬੇ ਜੇ ਚਪਾਤਾ ਲੈ ਵੀਰ ਤੇਰੇ ਮਾਲੀ ਦਾ ਕੰਮ ਤਾਂ ਮੈਂ ਵੀ ਕਰ ਸਕਦੀ ਹਾਂ ਜਿੰਨੇ ਦਿਨ ਹਾਂ ਇੱਕ ਵਾਰੀ ਤਾਂ ਤੂੰ ਕਰ ਲੈਂਗੀ ਫਿਰ ਕੀ ਹੋਵੇ ਮਨਿੰਦਰ ਨੇ ਤਾਂ ਨਾ ਵੇੜਿਆਂ 'ਚ ਪੱਤੇ ਇਕੱਠੇ ਕਰਨੇ ਆ ਨਾ ਘਾਹ ਕੱਟਣਾ ਇਕਾ ਕੱਟਣ ਲਈ ਮੁੰਡਿਆਂ ਨੂੰ ਆਖਦਿਆ ਕਰ ਕੁਲਵਿੰਦਰ ਨੂੰ ਲੱਗ ਰਿਹਾ ਸੀ ਇਹ ਸਭ ਖਰਚਾ ਬਚਾਇਆ ਜਾ ਸਕਦਾ ਹੈ। ਘਣ ਤੂੰ ਕਿੱਥੇ ਭੁੱਲੀ ਹੋਈਆਂ ਇਹ ਮੁੰਡੇ ਆਪਣੇ ਕੱਪੜਿਆਂ ਦੀ ਲਾਂਡਰੀ ਤਾਂ ਅਜੇ ਤੱਕ ਕਰਨ ਨਹੀਂ ਲੱਗੇ। ਇਹਨਾਂ ਦੀ ਮੰਗ ਕਰਦੀ ਹੈ। ਪ੍ਰੈਸ ਦਾ ਕਰਨ ਦੀ ਇੱਥੇ ਕੋਈ ਜ਼ਰੂਰਤ ਹੀ ਨਹੀਂ। ਬਸ ਮਸ਼ੀਨ ਚੋਂ ਕੱਢੋ ਹੈਂਗਰ ਤੇ ਲਟਕਾ ਦਿਓ। ਇਹ ਵੀ ਚੰਗਾ ਪੁੱਤ ਕਿਸੇ ਦੇ ਮਹਤਾਜ ਹੋਣਾ ਹੀ ਨਹੀਂ ਚਾਹੀਦਾ। ਬੇਬੇ ਰਾਮਕੌਰ ਜਿਵੇਂ ਚਰਨਜੀਤ ਨੂੰ ਸ਼ਾਬਾਸ਼ ਦੇ ਰਹੀ ਸੀ। ਚੈਪਟਰ 18 ਅੱਜ ਮਨਿੰਦਰ ਦੀ ਮੰਮੀ ਤੇ ਮਨਿੰਦਰ ਦੋਵੇਂ ਸ਼ਨੀਵਾਰ ਦੀ ਛੁੱਟੀ ਹੋਣ ਕਰਕੇ ਸੋਮੀਟ ਮਾਰਕੀਟ ਗਈਆਂ ਹੋਈਆਂ ਸੀ ਚਰਨਜੀਤ ਨੇ ਵੀ ਦੁਪਹਿਰ ਤੋਂ ਪਿੱਛੋਂ ਸਟੋਰ ਤੇ ਜਾਣਾ ਸੀ ਇਸ ਕਰਕੇ ਤਿੰਨੇ ਬਾਹਰਲੇ ਲੌਂਜ ਕੁਰਸੀਆਂ ਤੇ ਬੈਠ ਆਪਣੇ ਆਪਣੇ ਮਨ ਦੀਆਂ ਖੁੱਲ ਕੇ ਗੱਲਾਂ ਕਰ ਰਹੇ ਸੀ ਰਾਮਕੁਰ ਆਪਣੇ ਪੁੱਤ ਕੋਲ ਬੈਠ ਮਾਨੀ ਮਨ ਬਹੁਤ ਖੁਸ਼ ਸੀ ਉਹਨੇ ਤਾਂ ਜਿਸ ਦਿਨ ਦਾ ਪੁੱਤ ਵਿਆਇਆ ਸੀ ਮੁੜ ਕੇ ਦੇ ਚੰਗੀ ਤਰ੍ਹਾਂ ਗੱਲ ਵੀ ਚਰਨਜੀਤ ਨੂੰ ਨਹੀਂ ਸੀ ਕਰਨ ਦਿੱਤੀ ਬਹੁ ਨੇ ਤਾਂ ਪਹਿਲੀ ਰਾਤ ਹੀ ਚਰਨਜੀਤ ਨੂੰ ਕਹਤਾ ਸੀ ਵੀ ਹੁਣ ਤੂੰ ਸਿਰਫ ਮੇਰਾ ਹੈ ਮੈਂ ਨਾ ਤੇਰੀ ਮਾਂ ਨੂੰ ਤੇਰੇ ਕੋਲ ਬਰਦਾਸ਼ਤ ਕਰ ਸਕਦੀਆਂ ਨਾ ਤੇਰੇ ਟੱਬਰ ਦੇ ਕਿਸੇ ਹੋਰ ਜੀ ਨੂੰ ਮੈਂ ਚਾਰ ਭਰਾਵਾਂ ਦੀ ਇਕੱਲੀ ਭੈਣ ਆ ਸਭ ਦਾ ਪਿਆਰ ਤੇਰੇ ਚੋਂ ਹੀ ਢੂੰਡਾਂਗੀ ਚਰਨਜੀਤ ਨੇ ਸਵੇਰੇ ਉੱਠ ਕੇ ਗੱਲ ਆਪਣੀ ਮਾਂ ਨਾਲ ਸਾਂਝੀ ਕੀਤੀ ਤਾਂ ਬੇਬੇ ਰਾਮਕੁੰਦੇ ਨੇ ਉਹਨੂੰ ਸਮਝਾਇਆ ਕੋਈ ਗੱਲ ਨਹੀਂ ਪੁੱਤ ਜਿਵੇਂ ਉਹ ਕਹਿੇ ਕਰ ਲਈ ਪਹਿਲਾਂ ਪਹਿਲਾਂ ਕੁੜੀ ਆਪਣੇ ਮਾਪਿਓ ਤੇ ਭੈਣ ਭਾਈਆਂ ਨੂੰ ਛੱਡ ਕੇ ਪਰਾਏ ਘਰ ਆਉਂਦੀ ਹੈ ਪਤੀ ਦਾ ਪਿਆਰ ਹੀ ਉਹਦਾ ਸਭ ਕੁਝ ਹੁੰਦਾ ਹੈ ਆਪੇ ਹੌਲੀ ਹੌਲੀ ਭੁੱਲ ਜਾਊਗੀ ਭਾਈਆਂ ਨੂੰ ਤੂੰ ਹਲੇ ਮੀਤੋਂ ਕੰਮ ਲਈ ਅਸੀਂ ਤਾਂ ਸਾਰੇ ਤੇਰੇ ਕੋਲ ਹੀ ਆਂ ਤੇਰੀ ਰਾਂਗੇ ਪਰ ਬੇਬੇ ਰਾਮਕੁਰੇ ਨਹੀਂ ਸੀ ਜਾਣਦੀ ਵੀ ਆਪਣੇ ਇਕਲੌਤੇ ਪੁੱਤ ਨਾਲ ਗੱਲ ਕਰਨ ਲਈ ਵੀ ਤਰਸ ਜਾਏਗੀ ਅੱਜ ਚਰਨਜੀਤ ਆਪਣੀ ਬੇਬੇ ਦੀ ਗੋਦੀ 'ਚ ਸਿਰ ਰੱਖ ਕੇ ਖੁਸ਼ੀ ਮਹਿਸੂਸ ਕਰ ਰਿਹਾ ਸੀ ਅਥਰੂ ਵੀ ਵਹਾ ਰਿਹਾ ਸੀ ਬੇਬੇ ਮੁੱਦਤਾਂ ਪਿੱਛੋਂ ਅੱਜ ਮੈਂ ਆਪਣੀ ਮਾਂ ਨੂੰ ਮਿਲ ਰਿਹਾ ਜਿਵੇਂ ਮੈਨੂੰ ਤੇ ਤੇਰੇ ਨਾਲ ਵਿਛੜੇ ਆ ਮੁੱਦਤਾਂ ਹੋ ਗਈਆਂ ਹੁਣ ਮੈਨੂੰ ਪਤਾ ਪੁੱਤੇ ਘੜੀ ਮੈਨੂੰ ਵੀ ਰੱਬ ਨੇ ਮੁੱਦਤਾਂ ਪਿੱਛੋਂ ਹੀ ਨਸੀਬ ਕਰਾਈ ਹੈ ਨਹੀਂ ਤਾਂ ਦੋ ਦੋ ਮਹੀਨੇ ਤੇਰੇ ਘਰ ਰਹਿ ਕੇ ਵੀ ਮੈਂ ਤੇਰੀ ਆਵਾਜ਼ ਸੁਣਨ ਲਈ ਤਰਸ ਜਾਂਦੀ ਰਹੀ ਤੇਰੇ ਪਾਪਾ ਵੀ ਤੇਰੇ ਨਾਲ ਦਿਲ ਖੋਲ ਕੇ ਗੱਲ ਕਰਨ ਲਈ ਤਰਸਦੇ ਹੀ ਚਲੇ ਗਏ ਨਿਭਾਉਣੀ ਪੈਣੀ ਹੈ ਤੇਰੇ ਸੋਹਣੇ ਸੁਨੱਖੇ ਦੋ ਲਾਲਾਂ ਸੋਨੂ ਮੋਨੂ ਦੀ ਮਾਂ ਜੋ ਹੈ ਮਨਿੰਦਰ ਸਾਡੀ ਨਿਊ ਜੜ੍ਹ ਰਾਮਕੁਰ ਬੀਬੇ ਤੇ ਚਰਨਜੀਤ ਨੂੰ ਇਹ ਮੂੰਹ ਚ ਗੱਲਾਂ ਕਰਦਿਆਂ ਦੇਖ ਕੁਲਵਿੰਦਰ ਵੀ ਬੋਲ ਪਈ ਵੀਰਾ ਇਹ ਭਾਬੀ ਕਹਦੀ ਆ ਪੂਰੀ ਥਾਣੇਦਾਰ ਹਾਂ ਕੁਲਵਿੰਦਰ ਮੈਂ ਇੱਕ ਇੱਧਰ ਕਲਾਕਾਰਾਂ ਉਦਰ ਉਹਦੇ ਚਾਰ ਭਾਈ ਇੱਕ ਪੁੱਤ ਕੱਲਾ ਵੀ ਕਦੇ ਨਹੀਂ ਹੋਣਾ ਚਾਹੀਦਾ ਸੱਜੀ ਖੱਬੀ ਕੋਈ ਬਾਹ ਦਾ ਜ਼ਰੂਰ ਹੋਵੇ ਕਿਉਂ ਵੀ ਅਸੀਂ ਤੇਰੀਆਂ ਸੱਜੀਆਂ ਖੱਬੀਆਂ ਦੋਵੇਂ ਬਾਹਾਂ ਹਾਜ਼ਰ ਆ ਜਸਵਿੰਦਰ ਭੈਣ ਤੇ ਮੈਂ ਐਨਾ ਕਹਿੰਦੀ ਕੁਲਵਿੰਦਰ ਨੇ ਮਾਂ ਦੀ ਝੋਲੀ 'ਚ ਚਰਨਜੀਤ ਦੇ ਸੱਜੇ ਹੱਥ ਨੂੰ ਫੜ ਕੇ ਚੁੰਮ ਲਿਆ ਅਚਾਨਕ ਦਰਵਾਜ਼ਾ ਚਪਾਟ ਕਰਕੇ ਖੁੱਲ੍ਹਿਆ ਅੱਛਾ ਹੁਣ ਘਰ 'ਚੇ ਭਰਤ ਮਿਲਾਪ ਹੋ ਰਿਹਾ ਹੈ ਮਨਿੰਦਰ ਅਚਾਨਕ ਕਦੋਂ ਆਈ ਕਦੋਂ ਕਾਰ پارک ਕੀਤੀ ਇੱਕਦੋਂ ਡਰਾਇੰਗ ਰੂਮ ਚ ਆ ਗਈ ਤਿੰਨਾਂ ਨੂੰ ਨਹੀਂ ਸੀ ਪਤਾ ਚੱਲਿਆ ਮੇਰਾ ਤਾਂ ਕੋਈ ਭਾਈ ਹੈ ਹੀ ਨਹੀਂ ਮਨਿੰਦਰ ਭਰਤ ਮਲਾਪ ਕਿਵੇਂ ਹੋ ਇਹ ਭੈਣ ਮਾਤਾ ਸ੍ਰੀ ਇਹ ਸਭ ਕੀ ਹੈ ਮਨਿੰਦਰ ਦੇ ਮੂੰਹ ਛੜਦੇ ਅੰਗਾਰ ਵਰਗੇ ਬੋਲ ਸੁਣ ਤਿੰਨੋਂ ਜਣੇ ਪਲਾਂਚਾ ਅਲੱਗ ਹੋ ਗਏ ਬਿਨਾ ਕੁਝ ਕਹੇ ਸੁਣੇ ਰਾਮ ਕੁ ਰੋਟ ਕੇ ਰਾਮ ਸਿੰਘ ਦੇ ਕਮਰੇ ਚ ਚਲੀ ਗਈ ਕੁਲਵਿੰਦਰ ਬਾਹਰ ਘਾਹ ਨੂੰ ਪਾਣੀ ਦੇਣ ਲੱਗ ਪਈ ਚਰਨਜੀਤ ਚੁੱਪਚਾਪ ਕਿਸੇ ਸੋਚ ਚ ਡੁੱਬਿਆ ਸੋਫੇ ਤੇ ਬੈਠ ਗਿਆ ਹੁਣ ਘਰ ਚ ਇਹਦੀ ਆਪਣੀ ਮਾਂ ਵੀ ਆਈ ਹੋਈ ਐ ਕਿਸੇ ਦੀ ਤਾਂ ਮਾੜੀ-ਮੋਟੀ ਲਿਹਾਜ਼ ਕਰੇ ਇਸ ਨਾਲੋਂ ਤਾਂ ਇਹਦੀ ਮਾਂ ਚੰਗੀ ਕਿਸੇ ਨੂੰ ਮਾੜੀ ਚੰਗੀ ਤਾਂ ਨਹੀਂ ਕਹਿੰਦੀ ਇਹ ਤਾਂ ਹਰ ਸਮੇਂ ਭਰੀ-ਪੀਤੀ ਰਹਿੰਦੀ ਐ ਮੇਰੀ ਮਾਂ ਤੇ ਭੈਣ ਨੂੰ ਘਰੋਂ ਕੱਢ ਕੇ ਸਾਲ ਹੋ ਗਏ ਰੱਬ ਕਰੇ ਵੀ ਆਪਣੇ ਮਾਪਿਆਂ ਨੂੰ ਭੈਣ ਭਾਈਆਂ ਨੂੰ ਉਵੇਂ ਹੀ ਤਰਸੇ ਜਿਵੇਂ ਮੇਰੇ ਨਾਲ ਕਰ ਰਹੀ ਐ ਮਾਨੀ ਮਨ ਚਰਨਜੀਤ ਪਤਾ ਨਹੀਂ ਕਿੰਨਾ ਕੁਝ ਕਹਿ ਗਿਆ ਦੇਖੋ ਇੱਧਰ ਮੈਂ ਇਹ ਨਾਈਟੀ ਤੇ ਦੋ ਸੂਟ ਆਪਣੀ ਲਾਡੀ ਭਾਬੀ ਲਈ ਖਰੀਦੇ ਐ ਇਹ ਡ੍ਰੈਗ ਸੂਟ ਆਪਣੇ ਵੀਰ ਰਾਜ ਲਈ ਉਹ ਸੇਰ ਕਰਨ ਸਮੇ ਪਾ ਲਿਆ ਕਰੋ ਇਹ ਬੈਗ ਐਡੀਡਾਸ ਦਾ ਤੇ ਬੂਟ ਮੇਰੇ ਪਾਪਾ ਲਈ ਸੋਨੇ ਲਫਾਫੇ ਖੋਲ ਖੋਲ ਮਨਿੰਦਰ ਨੇ ਚੀਜ਼ਾਂ ਦਾ ਢੇਰ ਲਾ ਦਿੱਤਾ ਚਰਨਜੀਤ ਨੇ ਸਭ ਠੀਕ ਹੈ ਕਹਿ ਕੇ ਜਿਵੇਂ ਸਾਰੀ ਗੱਲ ਮੁਕਾਉਣੀ ਚਾਹੀ ਹੁਣ ਦੇਖ ਕਿਵੇਂ ਮਾਂ ਮਰ ਗਈ ਮੇਰੇ ਨਾਲ ਗੱਲ ਕਰਨ ਲੱਗਿਆ ਹੁਣੇ ਹੁਣੇ ਤਾਂ ਮਾਂ ਨਾਲ ਬੜਾ ਲਾਡ ਲੜਾਇਆ ਜਾ ਰਿਹਾ ਸੀ ਮਨਿੰਦਰ ਨਿਕ ਸੁਖ ਸਾਹਮਣੇ ਬੜਬੜਾਈ ਚਰਨਜੀਤ ਜਾ ਕੇ ਵਾਸ਼ਰੂਮ ਚ ਆਪਣੀ ਦਾੜੀ ਸ਼ੇਵ ਕਰਨ ਲੱਗ ਪਿਆ ਸ਼ਾਮ ਢਲ ਚੁੱਕੀ ਸੀ ਬਾਰ ਦਰਖਤਾਂ ਤੇ ਆ ਕੇ ਬੰਦੇ ਪੰਛੀ ਆਪਣੇ ਆਪਣੇ ਆਲਣੇ ਲੱਭਦੇ ਚਿੰਚਿੰਘਾੜਾ ਜਪਾਰੇ ਸੀ ਆਕਾਸ਼ ਚ ਗਰਦ ਛਾਈ ਹੋਈ ਸੀ ਬੇਬੇ ਰਾਮਕੁਰ ਨੇ ਪੁਰਾਣੀ ਜੀ ਸ਼ਾਲ ਆਪਣੇ ਦੁਆਲੇ ਲਪੇਟ ਲਈ ਤੇ ਗੁੱਛਾ ਮੁਛਾ ਜੀ ਹੋ ਕੇ ਆਪਣੇ ਬੈੱਡ ਤੇ ਬੈਠ ਰਰਾਸ ਦਾ ਪਾਠ ਕਰਨ ਲੱਗ ਪਈ ਕੁਲਵਿੰਦਰ ਟੈਲੀਵਿਜ਼ਨ ਦੇਖਣਾ ਚਾਹੁੰਦੀ ਸੀ ਪਰ ਮਾਂ ਨੂੰ ਪਾਠ ਕਰਦਿਆਂ ਦੇਖ ਉਹ ਵੀ ਚੁੱਪਚਾਪ ਬੈਠ ਆਪਣੇ ਗੁਰੂ ਦੇ ਦਾ ਦਿੱਤਾ ਸਿਮਰਨ ਮਾਨੀ ਮਨ ਜਪਣ ਲੱਗ ਪਈ ਚਰਨਜੀਤ ਨੇ ਨਾ ਧੋ ਕੇ ਰਹਿਰਾਸ ਕੀਤੀ ਅਰਦਾਸ ਕਰਨ ਲਈ ਸਭ ਨੂੰ ਗੁਰਨਾਨਕ ਦੇਵ ਜੀ ਦੀ ਤਸਵੀਰ ਮੂਰੇ ਖੜਨ ਲਈ ਬੁਲਾਇਆ ਮਨਿੰਦਰ ਤੇ ਕੁਲਵਿੰਦਰ ਆ ਗਈਆਂ ਬੱਚੇ ਵੀ ਟੋਪੀਆਂ ਲੈ ਕੇ ਆ ਖੜੇ ਹੋਏ ਪਰ ਬੇਬੇ ਰਾਮਕੌਰ ਆਪਣੇ ਕਮਰੇ 'ਚ ਹੀ ਖੜੀ ਹੋ ਕੇ ਅਰਦਾਸ 'ਚ ਸ਼ਾਮਲ ਹੋਈ ਅਰਦਾਸ ਸਮਾਪਤ ਹੋਣ ਪਿੱਛੋਂ ਮਨਿੰਦਰ ਰਸੋਈ ਚਾਈ ਬੱਚਿਆਂ ਨੂੰ ਉਹਨਾਂ ਨੇ ਪਸੰਦ ਉਹਨਾਂ ਦੇ ਪਸੰਦ ਦਾ ਖਾਣਾ ਦੇਣ ਪਿੱਛੋਂ ਆਪਣੀ ਮਾਂ ਲਈ ਦਰਿਆ ਬਣਾ ਕੇ ਕਮਰੇ 'ਚ ਹੀ ਲੈ ਗਈ ਚਰਨਜੀਤ ਨੇ ਕਾਫੀ ਬਣਾ ਕੇ ਨਾਲ ਦੋ ਬਿਸਕਟ ਲੈ ਲਏ ਕੁਲਵਿੰਦਰ ਨੇ ਮਨਿੰਦਰ ਦੇ ਰਸੋਈ ਚੋਂ ਨਿਕਲਣ ਪੇਚੋਂ ਦੋ ਰੋਟੀਆਂ ਪਕਾਈਆਂ ਇੱਕ ਬੇਬੇ ਰਾਮਕੁਰ ਲਈ ਦੂਜੀ ਆਪਣੇ ਲਈ ਚਰਨਜੀਤ ਨੂੰ ਤਾਂ ਮਨਿੰਦਰ ਦੇ ਘਰ ਹੁੰਦਿਆ ਪਾਣੀ ਦੀ ਘੁੱਟ ਵੀ ਨਹੀਂ ਸੀ ਪੁੱਛ ਸਕਦੀ ਰੋਟੀ ਤਾਂ ਦੂਰ ਦੀ ਗੱਲ ਸੀ ਰਾਤ ਦੇ 10 ਵਜੇ ਜੈਕੀ ਜਾਲੀ ਦੇ ਦਰਵਾਜ਼ੇ ਮੂਰੇ ਆ ਕੇ ਦਰਵਾਜ਼ੇ ਨੂੰ ਨੌਂਦਰਾ ਮਾਰਨ ਲੱਗ ਪਿਆ ਚਰਨਜੀਤ ਬਾਹਰ ਆਇਆ ਸਮਝ ਗਿਆ ਵੀ ਮਨਿੰਦਰ ਨੇ ਅੱਜ ਜੈਕੀ ਨੂੰ ਫੂਡ ਨਹੀਂ ਦਿੱਤਾ ਉਹਨੇ ਉਹਦਾ ਫੂਡ ਲਿਆ ਕੇ ਉਹਦੇ ਅੱਗੇ ਰੱਖਤਾ ਜੈਕੀ ਗੋਲ-ਗੋਲ ਧਾਇਰਿਆਂ ਚ ਘੁੰਮਦਾ ਸਹੀ ਜਗਾ ਬਣਾ ਚੁੱਪ-ਚਾਪ ਫੂਡ ਖਾਣ ਲੱਗਾ ਚਰਨਜੀਤ ਨੇ ਉਹਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਜੈਕੀ ਖੁਸ਼ੀ ਚ ਭਰ ਗਿਆ ਚਰਨਜੀਤ ਥੋੜੇ ਚਿਰ ਲਈ ਉਹਦੇ ਕੋਲ ਬੈਠ ਗਿਆ ਜਦੋਂ ਸਾਰਾ ਫੂਡ ਖਤਮ ਹੋਇਆ ਜੈਕੀ ਉੱਠ ਕੇ ਪਾਣੀ ਪੀਣ ਚਲਾ ਗਿਆ ਚਰਨਜੀਤ ਅੰਦਰ ਆਪਣੇ ਬੈੱਡਰੂਮ ਚ ਆ ਗਿਆ ਹੁਣ ਆਪਣੇ ਬੈੱਡ ਤੇ ਇਕੱਲਾ ਪਿਆ ਚਰਨਜੀਤ ਸੋਚ ਰਿਹਾ ਸੀ ਇਸੇ ਲਈ ਇੱਥੋਂ ਦੇ ਲੋਕ ਕੁੱਤੇ ਬਿੱਲੀਆਂ ਚਿੜੀਆਂ ਤੋਤੇ ਅਕਸਰ ਘਰਾਂ ਚ ਪਾਲਦੇ ਆ ਕਿਉਂਕਿ ਉਹ ਘਰ ਦੇ ਮਾਲਕ ਲਈ ਨਾ ਸਿਰਫ ਮਨ ਪਰਚਾਵਾ ਹੀ ਹੁੰਦੇ ਐ ਸਗੋਸ ਤੇ ਤਨੋਂ ਮਨੋਂ ਵਫਾਦਾਰ ਵੀ ਰਹਿੰਦੇ ਐ ਜੈਕੀ ਨੂੰ ਹੀ ਦੇਖੋ ਵਿਚਾਰਾ ਸਵੇਰ ਦਾ ਭੁੱਖਾ ਭਾਣਾ ਸੀ ਕਿਸੇ ਨੇ ਇਹਦੀ ਪਰਵਾਹ ਨਹੀਂ ਕੀਤੀ ਪਰ ਇਹਨੇ ਤਾਂ ਦਰਵਾਜ਼ੇ ਉੱਤੇ ਪਹਿਰਾ ਦੇਣਾ ਨਹੀਂ ਛੱਡਿਆ ਇਹਨੇ ਤਾਂ ਇੱਧਰ ਉੱਧਰ ਕੋਈ ਉਥਲ-ਪੁਥਲ ਨਹੀਂ ਕਿ ਮਚਾਈ ਇਹ ਤਾਂ ਘਰ 'ਚ ਕਿਸੇ ਨੂੰ ਵੱਢ ਖਾਣ ਨੂੰ ਨਹੀਂ ਪਿਆ ਇੱਕ ਮੇਰੀ ਬੀਵੀ ਐ ਜਿਹਨੂੰ ਇੰਨਾ ਵੀ ਅਹਿਸਾਸ ਨਹੀਂ ਕਿ ਜਦੋਂ ਦਾ ਮੇਰਾ ਪਿਓ ਮਰਿਆ ਐ ਮੈਂ ਇਸ ਕਮਰੇ 'ਚ ਇਕੱਲਾ ਸੌਣਾ ਮੇਰਾ ਦੁੱਖ ਤਾਂ ਕੀ ਵੰਡਾਉਣਾ ਸੀ ਉਨੇ ਸੋ ਗੋ ਮੇਰੀ ਮਾਂ ਤੇ ਭੈਣ ਨੂੰ ਮੈਥੋਂ ਦੂਰ ਰੱਖ ਕੇ ਮੇਰੇ ਦੁੱਖਾਂ 'ਚ ਹੋਰ ਵਾਧਾ ਕਰਨ 'ਚ ਕੋਈ ਕਸਰ ਨਹੀਂ ਰੱਖੀ ਚੰਗਾ ਕਰਦੇ ਨੇ ਇੱਥੋਂ ਦੇ ਲੋਕ ਜੇਕਰ ਸਾਥੀ ਸਾਥ ਨਹੀਂ ਦਿੰਦਾ ਤਾਂ ਬੇਝਿਜਕ ਆਪਣਾ ਜੀਵਨ ਸਾਥੀ ਬਦਲ ਲੈਂਦੇ ਆ ਬੰਦੇ ਨੂੰ ਜ਼ਿੰਦਗੀ ਦੇ ਸਫਰ 'ਚੋਂ ਇੱਕ ਕੱਲ ਨੂੰ ਹਟਾਉਣ ਲਈ ਜੀਵਨ ਸਾਥੀ ਦੀ ਲੋੜ ਹੈ ਜੇ ਘਰ 'ਚ ਸਾਥੀ ਦੇ ਹੁੰਦੇ ਸੁੰਧਿਆ ਬੰਦਾ ਕੱਲਾ ਰਹੇ ਤਾਂ ਇਹਦੇ ਨਾਲੋਂ ਪਾਲਤੂ ਜਾਨਵਰ ਹੀ ਚੰਗੇ ਇਹਨਾਂ ਸੋਚਾਂ ਦੇ ਸਮੁੰਦਰ ਚ ਡੁੱਬਦੇ ਤਰਦੇ ਚਰਨਜੀਤ ਨੂੰ ਕਦੋਂ ਨੀਂਦ ਆ ਗਈ ਉਹਨੂੰ ਪਤਾ ਹੀ ਨਾ ਚੱਲਿਆ ਧੰਨਵਾਦ ਚੱਲਦਾ